ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘੱਟ ਫੀਸ ਵਾਲੀਆਂ ਸੀਟਾਂ ਜੀ ਹਾਂ ਸੰਸਥਾਵਾ ਦੇ ਵਿੱਚ ਘੱਟ ਫੀਸ ਵਾਲੀਆਂ ਸੀਟਾਂ ਹੁੰਦੀਆਂ ਨੇ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਘੱਟ ਫੀਸ ਵਾਲੀਆਂ ਸੀਟਾਂ ਹੁੰਦੀਆਂ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਜੇਕਰ ਤੁਸੀਂ ਪੜਨਾ ਚਾਹੁੰਦੇ ਹੋ ਤਾਂ ਟਿਊਸ਼ਨ ਫੀ ਵੀਵਰ ਦੀਆਂ ਜਿਹੜੀਆਂ ਸੀਟਾਂ ਹੁੰਦੀਆਂ ਨੇ ਉਹ ਕਿੰਨੀਆਂ ਸੀਟਾਂ ਨੇ ਉਹਨਾਂ ਦੇ ਲਈ ਰਿਕੁਆਇਰਮੈਂਟਸ ਕੀ ਨੇ ਉਹਦੀ ਜਾਣਕਾਰੀ ਇਸ ਵੀਡੀਓ ਤੇ ਰਾਹੀਂ ਤੁਹਾਨੂੰ ਦੇਵਾਂਗੇ ਤੁਸੀਂ ਜੇਕਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਨਾਲ ਦੀ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਹ ਜਾਣਕਾਰੀ ਜ਼ਰੂਰ ਸਾਂਝੀ ਕਰ ਦਿਓ ਤਾਂ ਜੋ ਕੋਈ ਵੀ ਵਿਦਿਆਰਥੀ ਇਸ ਜਾਣਕਾਰੀ ਤੋਂ ਵਾਂਝਾ ਨਾ ਰਹਿ ਜਾਵੇ ਕਿਉਂਕਿ ਅਕਸਰ ਇਹ ਹੁੰਦਾ ਅਸੀਂ ਅਕਸਰ ਇਹ ਦੇਖਦੇ ਹਾਂ ਕਿ ਜਿਹੜੇ ਵਿਦਿਆਰਥੀਆਂ ਨੂੰ ਇਹ ਐਕਸਪੋਜ਼ਰ ਮਿਲਿਆ ਹੁੰਦਾ ਹੈ ਮੌਕਾ ਮਿਲਿਆ ਹੁੰਦਾ ਉਹ ਸਰਟੀਫਿਕੇਟ ਬਣਵਾ ਲੈਂਦੇ ਨੇ ਉਹ ਜਿਹੜੀਆਂ ਲੋੜਾਂ ਹੁੰਦੀਆਂ ਨੇ ਉਹ ਦਸਤਾਵੇਜ਼ ਪੂਰੇ ਕਰ ਲੈਂਦੇ ਨੇ ਤੇ ਉਹ ਇਹਦੇ ਤਹਿਤ ਦਾਖਲਾ ਲੈ ਜਾਂਦੇ ਨੇ ਪਰ ਜਿਹੜੇ ਵਾਕਈ ਹੀ ਲੋੜਵੰਦ ਵਿਦਿਆਰਥੀ ਹੁੰਦੇ ਨੇ ਜਿਨ੍ਹਾਂ ਨੂੰ ਜਾਗਰੂਕਤਾ ਨਹੀਂ ਹੁੰਦੀ ਉਹ ਵਿਦਿਆਰਥੀ ਇਸ ਜਾਣਕਾਰੀ ਤੋਂ ਵਾਂਝੇ ਰਹਿ ਜਾਂਦੇ ਨੇ ਤੇ ਜਾਣਕਾਰੀ ਤੋਂ ਵਾਂਝੇ ਰਹਿਣ ਕਰਕੇ ਉਹ ਸਰਟੀਫਿਕੇਟ ਨਹੀਂ ਬਣਵਾਉਂ ਪਾਉਂਦੇ ਸਰਟੀਫਿਕੇਟ ਨਾ ਬਣਵਾ ਸਕਣ ਦੇ ਕਰਕੇ ਉਹ ਵਿਦਿਆਰਥੀ ਦਾਖਲੇ ਤੋਂ ਖਾਸ ਕਰਕੇ ਘੱਟ ਫੀਸ ਵਾਲੀਆਂ ਸੀਟਾਂ ਤੇ ਦਾਖਲੇ ਤੋਂ 10 ਜਾਂਦੇ ਨੇ ਸਕੀਮ ਦਾ ਨਾਮ ਹੁੰਦਾ ਜੀ ਟਿਊਸ਼ਨ ਫੀਸ ਵੇਵਰ ਸਕੀਮ ਕੁੱਲ ਸੀਟਾਂ ਦਾ 5% ਸੀਟਾਂ ਜਿਹੜੀਆਂ ਨੇ ਉਹ ਟਿਊਸ਼ਨ ਫੀਸ ਵੇਵਰ ਦੇ ਵਿੱਚ ਹੁੰਦੀਆਂ ਨੇ ਟਿਊਸ਼ਨ ਫੀਸ ਵੇਵਰ ਦੇ ਵਿੱਚ ਜੇਕਰ ਤੁਸੀਂ ਦਾਖਲਾ ਲੈਣਾ ਚਾਹੁੰਦੇ ਹੋ ਦੋ ਦਸਤਾਵੇਜ਼ ਜਿਹੜੇ ਨੇ ਉਹ ਤੁਹਾਡੇ ਕੋਲੇ ਲਾਜ਼ਮੀ ਹੋਣੇ ਚਾਹੀਦੇ ਨੇ ਇਨਕਮ ਸਰਟੀਫਿਕੇਟ ਜੀਹਾਂ ਤਹਿਸੀਲਦਾਰ ਇਨਕਮ ਸਰਟੀਫਿਕੇਟ ਜਾਰੀ ਕਰੇਗਾ ਤੁਹਾਨੂੰ ਇਸ ਦੇ ਲਈ ਕਿਉਂਕਿ ਤਕਰੀਬਨ 15 ਤੋਂ 20 ਦਿਨ ਦਾ ਸਮਾਂ ਜਿਹੜਾ ਤਹਿਸੀਲਦਾਰ ਦਫ਼ਤਰ ਦੇ ਵੱਲੋਂ ਲੈ ਲਿਆ ਜਾਂਦਾ ਤਾਂ ਇਸ ਦੇ ਲਈ ਹੁਣ ਤੋਂ ਹਿੰਮਤ ਕਰ ਲੈਣੀ ਚਾਹੀਦੀ ਹੈ ਇਨਕਮ ਸਰਟੀਫਿਕੇਟ ਤੁਹਾਨੂੰ ਬਣਵਾਉਣਾ ਪੈਗਾ ਇਨਕਮ ਸਰਟੀਫਿਕੇਟ ਤੋਂ ਇਲਾਵਾ ਜੇਕਰ ਤੁਸੀਂ ਸੈਲਰੀ ਤੇ ਹੋ ਜੇਕਰ ਤੁਸੀਂ ਨੌਕਰੀ ਕਰਦੇ ਹੋ ਲਿਮਟ ਇਸ ਦੀ ਹੱਦ ਜੋ ਹੈ 8 ਲੱਖ ਤੋਂ ਘੱਟ ਤੁਹਾਡੀ ਆਮਦਨ ਹੋਣੀ ਚਾਹੀਦੀ ਹੈ ਤਾਂ ਜੇਕਰ ਤੁਹਾਡੀ ਆਮਦਨ 8 ਲੱਖ ਤੋਂ ਘੱਟ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਦੂਸਰੀ ਗੱਲ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਸੈਲਰੀ ਸਰਟੀਫਿਕੇਟ ਵੀ ਨਾਲ ਲਗਾਉਣਾ ਪਊਗਾ ਨਾਲ ਦੀ ਨਾਲ ਤੁਹਾਨੂੰ ਇਨਕਮ ਸਰਟੀਫਿਕੇਟ ਜਿਹੜਾ ਤਹਿਸੀਲ ਦਾ ਦਫ਼ਤਰ ਦੇ ਵੱਲੋਂ ਜਾਰੀ ਹੋਣਾ ਉਹ ਲਗਾਉਣਾ ਪਏਗਾ ਦੂਸਰਾ ਦਸਤਾਵੇਜ਼ ਲੋੜੀਂਦਾ ਹੈ ਐਫੀਡੇਵਿਟ ਐਫੀਡੇਵਿਟ ਕਿਹੜਾ ਹੈ ਕਿਸ ਤਰ੍ਹਾਂ ਦਾ ਹੈ ਉਸ ਦਾ ਨਮੂਨਾ ਡਿਸਕ੍ਰਿਪਸ਼ਨ ਦੇ ਵਿੱਚ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਿੰਕ ਦਿੱਤਾ ਹੋਇਆ ਉਸ ਤੋਂ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹ ਐਫਆਈ ਡਿਵੀਡ ਤੁਹਾਨੂੰ ਮੌਕੇ ਤੇ ਨਾਲ ਦੇਣਾ ਹੋਵੇਗਾ ਤੀਸਰਾ ਲੋੜੀਂਦਾ ਦਸਤਾ ਹੈ ਵਿਜ਼ ਹੈ ਆਈਟੀਆਰ ਯਾਨੀ ਇਨਕਮ ਟੈਕਸ ਰਿਟਰਨ ਜੇਕਰ ਤੁਸੀਂ ਇਨਕਮ ਟੈਕਸ ਰਿਟਰਨ ਨਹੀਂ ਵੀ ਭਰ ਰਹੇ ਤਾਂ ਉਹ ਤੁਹਾਨੂੰ ਉੱਪਰ ਨਹੀਂ ਪਵੇਗੀ ਇਨਕਮ ਟੈਕਸ ਰਿਟਰਨ ਭਰੰਦਾ ਮਤਲਬ ਇਹ ਨਹੀਂ ਹੁੰਦਾ ਕਿਉਂਕਿ ਦਰਸ਼ਕ ਜਾਂ ਵਿਦਿਆਰਥੀ ਨਵੇਂ ਵੀ ਹੋਣਗੇ ਉਹਨਾਂ ਦੀ ਜਾਣਕਾਰੀ ਦੇ ਲਈ ਇਹ ਦੱਸਦੇ ਆ ਕਿਉਂਕਿ ਕਈ ਵਾਰ ਸਾਡੇ ਕੋਲ ਸਵਾਲ ਇਹ ਆਉਂਦਾ ਕਿ ਅਸੀਂ ਤਾਂ ਇਨਕਮ ਟੈਕਸ ਭਰਦੇ ਨਹੀਂ ਸਾਡੀ ਇੰਨੀ ਆਮਦਨ ਨਹੀਂ ਹੈ ਇਨਕਮ ਟੈਕਸ ਰਿਟਰਨ ਭਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਇਨਕਮ ਟੈਕਸ ਭਰਨਾ ਤੁਸੀਂ ਸਰਕਾਰ ਨੂੰ ਆਪਣੀ ਇਨਕਮ ਦੱਸਣੀ ਹੈ ਤੇ ਉਹਦਾ ਇੱਕ ਸਰਟੀਫਿਕੇਟ ਜਾਰੀ ਹੁੰਦਾ ਉਹਨੂੰ ਆਈਟੀਆਰ ਕਹਿੰਦੇ ਨੇ ਤਾਂ ਤੁਸੀਂ ਲਾਗਲੇ ਕਿਸੇ ਵੀ ਜਾਣਕਾਰ ਸੀਏ ਦੇ ਕੋਲੇ ਜਾ ਕੇ ਜਾਂ ਤੁਹਾਡੇ ਇਲਾਕੇ ਦੇ ਵਿੱਚ ਜੋ ਵੀ ਆਈਟੀਆਰ ਭਰਦਾ ਉਹਦੇ ਕੋਲ ਜਾ ਕੇ ਤੁਸੀਂ ਆਈਟੀਆਰ ਭਰਵਾਉਣੀ ਹੈ ਆਈਟੀਆਰ ਕਿਹੜੀ ਹੋਣੀ ਚਾਹੀਦੀ ਹੈ ਅਸੈਸਮੈਂਟ ਈਅਰ 2022 ਤੋਂ 23 ਦੀ अनुमान वरा 2022 तो 23 ਅਤੇ ਇਨਕਮ ਵਰਾ 2021 ਤੋਂ 22 ਯਾਨੀ ਮਾਰਚ 2022 ਦੇ ਤੱਕ ਤੁਹਾਡੀ ਸੜੀ ਇਨਕਮ ਹੈ ਉਹਦੇ ਵਾਲੀ ਜਿਹੜੀ ਆਈਟੀਆਰ ਹੈ ਉਹ ਚਾਹੀਦੀ ਹੋਏਗੀ ਤਾਂ ਤਿੰਨ ਦਸਤਾਵੇਜ਼ ਇੱਕ ਇਨਕਮ ਸਰਟੀਫਿਕੇਟ ਜਿਹੜਾ ਤਹਿਸੀਲਦਾਰ ਤੋਂ ਜਾਰੀ ਹੋਣਾ ਤੇ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਸੀਂ ਸੈਲਰੀ ਸਰਟੀਫਿਕੇਟ ਵੀ ਨਾਲ ਲਗਾਉਗੇ ਜੇਕਰ ਖੇਤੀ ਕਰਦੇ ਹੋ ਤਾਂ ਜੇ ਫਾਰਮ ਜਿਸ ਨੂੰ ਕਹਿੰਦੇ ਨੇ ਉਹ ਤੁਹਾਨੂੰ ਨਾਲ ਚਾਹੀਦਾ ਹੋਵੇਗਾ ਤਾਂ ਇਹ ਦਸਤਾਵੇਜ਼ ਤੁਹਾਨੂੰ ਦੇਣੇ ਹੋਣਗੇ। ਦੂਸਰਾ ਦਸਤਾਵੇਜ਼ ਸੀ ਐਫੀ ਡੀ ਵੀ ਜਿਸ ਦਾ ਲਿੰਕ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਡਿਸਕ੍ਰਿਪਸ਼ਨ ਦੇ ਵਿੱਚ ਹੈ ਉਹ ਤੀਸਰਾ ਦਸਤਾਵੇਜ਼ ਹੈ ਆਈਟੀਆਰ ਇਹ ਦਸਤਾਵੇਜ਼ ਬਣਵਾ ਲਓ। ਇਸ ਤੋਂ ਇਲਾਵਾ ਇੱਕ ਦਸਤਾਵੇਜ਼ ਲੜੀਂਦਾ ਹੁੰਦਾ ਚਾਹੇ ਤੁਹਾਨੂੰ ਫੀ ਵੀਰ ਦੇ ਵਿੱਚ ਨਹੀਂ ਮਿਲਦੀ ਚਾਹੇ ਮਿਲਦੀ ਹੈ ਤੁਹਾਨੂੰ ਪੰਜਾਬ ਰਹਿਾਈਸੀ ਸਰਟੀਫਿਕੇਟ ਜ਼ਰੂਰ ਦੇਣਾ ਪਏਗਾ ਉਹ ਵੀ ਬਣਵਾ ਕੇ ਰੱਖ ਲਓ। ਵਧੇਰੇ ਜਾਣਕਾਰੀ ਜੇਕਰ ਕੋਈ ਵੀ ਤੁਹਾਨੂੰ ਚਾਹੀਦੀ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੁਹਾਡਾ ਸਵਾਲ ਦਿੱਤਾ ਜਾਵੇਗਾ ਇੱਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਇਹ ਜਰਨਲ ਵਰਗ ਦੇ ਲਈ ਹੈ ਜੇਕਰ ਤੁਸੀਂ ਐਸੀ ਵਿਦਿਆਰਥੀ ਹੋ ਤਾਂ ਤੁਹਾਡੀ ਫੀਸ ਆਲਰੇਡੀ ਕੱਟ ਹੈ ਜਿਸ ਦੇ ਲਈ ਤੁਹਾਨੂੰ ਕੁਝ ਦਸਤਾਵੇਜ਼ ਜਿਹੜੇ ਦੇਣੇ ਪੈਣਗੇ ਉਸ ਦੀ ਜਾਣਕਾਰੀ ਤੁਹਾਨੂੰ ਇੱਕ ਵੱਖਰੀ ਵੀਡੀਓ ਦੇ ਵਿੱਚ ਦੇਵਾਂਗੇ ਕਿ ਐਸੀ ਵਿਦਿਆਰਥੀਆਂ ਦੇ ਲਈ ਕਿਹੜੇ ਦਸਤਾਵੇਜ਼ ਦੇਣੇ ਲਾਜ਼ਮੀ ਹੋ ਜਾਂਦੇ ਨੇ ਔਰ ਉਹਨਾਂ ਦਸਤਾਵੇਜ਼ਾਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਦੇ ਨਾਲ ਕਟ ਫੀਸ ਵਾਲੀ ਸੀਟ ਤੇ ਆ ਸਕਦੇ ਹੋ ਇਸੇ ਚੈਨਲ ਦੇ ਨਾਲ ਬਣੇ ਰਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਵਾਇਓ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ